दौत बंदन बंदन अनक चलना
हर गुण गाओ मना हर गुण गाओ मना सतगुर सेव प्यार सतगुर सेव प्यार क्या छोड़नी मौत क्या थोड़ी बात घुमा जैसे रहने पराहुने जैसे रहने पराहुने उठ चल से परवा क्या तू रत्ता ग्रस्त श्या क्या तू रत्ता ग्रस्त श्या सब फूला सब फूल की बगा सब फूल की बगा बोलते उन्नी चलना जिन दिया सो प्रभु लॉर्ड
संभल कारोबार हिक नील दया हिक नील दया हिक लद गए मोहलत पुन्नी चलना चल चल गईया पंखिया चल चल गईया पंखिया जिन्हें बिसाए तल सारे भर भी चल से संसार दा एक खूबसूरत मेल इसलिए मेल खुशी ते खूबसूरती दा चिन्ह मन्या जांदा है। इसलिए इस दिहाड़े नू मेल नहीं कहंदे विछोड़ा कहंदे ने मेल नहीं कहते क्योंकि मेल तो किसी के मिलने नाल है ना। इस दिहाड़े नू मेल नहीं आखते लोग एदो भी इकट्ठे होंदे ने ते लोग इकट्ठे व्याह विच भी होंदे ने पर ਵਿਆਹ ਵਿੱਚ ਜਦੋਂ ਇਕੱਠੇ ਹੁੰਦੇ ਨੇ ਉਹਨਾਂ ਦਾ ਨਾਮ ਕੀ ਹੁੰਦਾ ਹੈ ਮੇਲ ਮੇਲ ਲੋਕ ਆਖਦੇ ਨੇ ਮੇਰੇ ਘਰ ਵਿਆਹ ਹੈ ਮੇਲ ਆਇਆ ਹੈ ਹਾਲਾਂਕਿ ਲੋਕਾਂ ਦਾ ਇਕੱਠ ਹੀ ਹੈ ਉਹ ਵੀ ਰਿਸ਼ਤੇਦਾਰਾਂ ਸੰਬੰਧੀਆਂ ਮਿੱਤਰਾਂ ਦੋਸਤਾਂ ਦਾ ਇਕੱਠ ਹੀ ਹੈ ਪਰ ਉਹਨੂੰ ਲੋਕ ਮੇਲ ਆਖਦੇ ਤੇ ਅੱਜ ਦੇ ਦਿਹਾੜੇ ਨੂੰ ਵੀ ਉਹੋ ਹੀ ਰਿਸ਼ਤੇਦਾਰ ਸੰਬੰਧੀ ਮਿੱਤਰ ਦੋਸਤ ਇਕੱਠੇ ਹੁੰਦੇ ਨੇ ਪਰ ਇਹਨੂੰ ਲੋਕ ਮੇਲ ਨਹੀਂ ਆਖਦੇ ਇਹਨੂੰ ਵਿਛੋੜਾ ਆਖਦੇ ਨੇ ਹੁਣੇ ਅਲਾਣੀਆਂ ਦਾ ਪਾਠ ਹੋ ਰਿਹਾ ਸੀ ਜਦੋਂ ਮੈਂ ਇੱਥੇ ਆਇਆ ਤੇ ਉਹਦੇ ਵਿੱਚ ਇੱਕ ਲਾਈਨ ਆਈ ਸੀ ਬਾਬਾ ਬਾਬਾ ਕਿਉਂਕਿ ਇਹਦੇ ਵਿੱਚ ਚੱਲਣਾ ਲਫ਼ਜ਼ ਜਿਹੜਾ ਹੈ ਉਹ ਭਾਰੂ ਹੈ ਇਹ ਗੱਲ ਵੱਖਰੀ ਹੈ ਕਿ ਮੋਹਲਤ ਵੱਖਰੀ ਵੱਖਰੀ ਹੈ ਆ ਹੁਣੇ ਇੱਕ ਲਫ਼ਜ਼ ਆਏ ਸਨ ਕਿ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਇੱਕ ਖੂਬਸੂਰਤੀ ਸੀ ਤਲਾਬ ਦੀ ਗੁਰੂ ਕਹਿੰਦੇ ਨੇ ਇੱਕ ਤਲਾਬ ਪਾਣੀ ਦਾ ਭਰਿਆ ਹੋਵੇ ਉਹਦੇ ਉੱਤੇ ਕੋਈ ਫੁੱਲ ਨਾ ਖਿੜੇ ਹੋਣ ਉਹਦੇ ਵਿੱਚ ਡੱਡਾਂ ਤੇ ਮੱਛਲੀਆਂ ਨਾ ਤਰਦੀਆਂ ਹੋਣ ਉਹਦੇ ਵਿੱਚ ਪੰਖੀ ਉੱਡ ਕੇ ਆਏ ਹੋਏ ਕਲੋਲ ਨਾ ਕਰਦੇ ਹੋਣ ਉਸ ਤਲਾਬ ਦੀ ਕੋਈ ਖੂਬਸੂਰਤੀ ਹੈ
ਇਹੋ ਹੈ ਸੰਸਾਰ ਦੀ ਖੂਬਸੂਰਤੀ। ਇੱਥੇ ਬਹੁਤ ਕੁਝ ਮਿਲ ਬੈਠਦਾ ਹੈ ਤੇ ਜਦੋਂ ਚੱਲਦਾ ਹੈ ਉਦੋਂ ਵਾਰੀ ਸਿਰ ਮੋਹਲਤ ਪੁੰਨੀ ਨਾਲ ਚੱਲਦਾ ਹੈ। ਚੱਲ ਚੱਲ ਗਈਆਂ ਪੰਖੀਆਂ, ਪਹਿਲਾਂ ਪੰਖੀ ਉੱਡੇ, ਜਿੰਨੇ ਵਸਾਏ ਤਲ, ਜਿਨ੍ਹਾਂ ਨੇ ਤਲਾਬ ਖੂਬਸੂਰਤ ਬਣਾਏ ਸਨ, ਉੱਥੇ ਆ ਕੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦਿੰਦੇ ਸਨ। ਕਹਿਣ ਲੱਗੇ ਸਮਾਂ ਆਉਣ ਨਾਲ ਜਦੋਂ ਉਹ ਚਲੇ ਗਏ, ਉਹ ਵੀ ਤੇ ਪਾਣੀ ਦੇ ਸਹਾਰੇ ਹੀ ਆਏ ਸਨ ਨਾ, ਕਿਉਂਕਿ ਉੱਥੇ ਪਾਣੀ ਮਿਲਦਾ ਸੀ। ਉਹ ਉੱਡ ਗਏ ਤੇ ਪਾਣੀ ਦਾ ਤਲਾਬ ਸੁੱਕ ਗਿਆ, ਇਸੇ ਲਈ ਉੱਡੇ ਹੈ। ਤਲਾਬ ਵਿੱਚ ਪਾਣੀ ਵੀ ਨਾ ਰਿਹਾ, ਪੰਖੀ ਵੀ ਉੱਡ ਗਏ, ਸਰ ਭਰਿਆ ਵੀ ਚੱਲ ਸੀ, ਭਰਿਆ ਹੋਇਆ ਤਲਾਬ ਵੀ ਆਪਣੀ ਖੂਬਸੂਰਤੀ ਗੁਆ ਬੈਠਾ। ਤੇ ਉਹਦੇ ਵਿੱਚ ਜਿਹੜੇ ਕਮਲ ਫੁੱਲ ਖਿੜੇ ਹੋਏ ਸਨ, ਜਦੋਂ ਤਲਾਬ ਸੁੱਕ ਗਿਆ, ਪੰਛੀ ਵੀ ਨਾ ਰਹੇ, ਉਹ ਵੀ ਸੁੱਕ ਗਏ। ਥੱਕੇ, ਥੱਕੇ ਦਾ ਮਤਲਬ ਖਤਮ ਹੋ ਜਾਣਾ, ਥੱਕ ਜਾਣਾ। ਗੁਰਬਾਣੀ ਅੰਦਰ ਜੀਵਨ ਦਾ ਅੰਤ ਵੀ ਥੱਕੇ ਲਫ਼ਜ਼ ਨਾਲ ਵਰਤਿਆ ਨੇ। ਗੁਰੂ ਕਹਿੰਦੇ ਨੇ ਥੱਕੇ ਨੈਣ, ਥੱਕੇ ਨੈਣ ਸਰਵਣ ਸੁਣ ਥਾਕੇ। ਪਹਿਲਾਂ ਮਨੁੱਖ ਦੇ ਜੀਵਨ ਦੇ ਤਲਾਬ ਵਿੱਚੋਂ ਇਹ ਚੀਜ਼ਾਂ ਜਾਂਦੀਆਂ ਨੇ, ਅੱਖਾਂ ਥੱਕ ਜਾਂਦੀਆਂ ਨੇ, ਦੇਖ ਦੇਖ ਕੇ ਦਿਸਣੋਂ ਘੱਟ ਜਾਂਦਾ ਹੈ, ਕੰਨ ਸੁਣ ਸੁਣ ਕੇ ਥੱਕ ਜਾਂਦੇ ਨੇ, ਸੁਣਨ ਦੀ ਸ਼ਕਤੀ ਵੀ ਕਮਜ਼ੋਰ, ਬੁਢੇਪੇ ਦੀ ਨਿਸ਼ਾਨੀ ਹੈ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਉਹ ਖੂਬਸੂਰਤੀ ਜਿਹੜੀ ਕਾਇਆ ਵਿੱਚ ਦੇਹ ਵਿੱਚ ਸੀ, ਉਹ ਸੁੰਦਰਤਾ ਵੀ ਖਤਮ ਹੋ ਗਈ, ਮੂੰਹ 'ਤੇ ਝੋੜੀਆਂ ਪੈਣ ਲੱਗ ਪਈਆਂ। ਥਾਕੀ ਸੁੰਦਰ ਕਾਇਆ, ਕਹਿੰਦੇ ਨੀ ਜਰਾ ਹਾਕ ਦੀ, ਬੁਢੇਪੇ ਨੇ ਆਵਾਜ਼ ਦਿੱਤੀ। ਹਾਕ ਦੀ ਪੰਜਾਬ ਦਾ ਲਫ਼ਜ਼ ਹੈ, ਜਿੱਥੇ ਆਖਣੇ ਹਾਕ ਮਾਰ, ਭਾਵ ਆਵਾਜ਼ ਦੇ। ਜਰਾ ਹਾਕ ਦੀ, ਬੁਢੇਪੇ ਨੇ ਆਵਾਜ਼ ਦਿੱਤੀ, ਮੈਂ ਆ ਗਿਆ, ਆ ਦੇਖ ਤੇਰੇ ਸਾਥੀ ਤੇਰਾ ਸਾਥ ਛੱਡ ਗਏ ਨੇ। ਹੁਣੇ ਤੋਂ ਕਾਹੀ ਸੀ ਸੰਗ ਚਲਤ ਹੈ, ਸੰਗ ਚਲਤ ਹੈ ਹਮ ਵੀ ਚੱਲਣਾ। ਰੁਕਣਾ ਚਾਹੀਦਾ। ਗੁਰੂ ਨੇ ਆਖਿਆ ਜਦੋਂ ਕੋਈ ਜਾਂਦਾ ਹੈ, ਅਸੀਂ ਉਦੋਂ ਇਹ ਨਹੀਂ ਸੋਚਦੇ ਵੀ ਮੈਂ ਵੀ ਜਾਣਾ ਹੈ, ਭਲਾ ਚਲੋ ਮੰਨ ਲਓ ਅਸੀਂ ਇਹ ਸੋਚ ਲਈਏ ਕਿ ਇਹ ਚਲਾ ਗਿਆ ਮੈਂ ਵੀ ਜਾਣਾ ਹੈ। ਗੁਰੂ ਨੇ ਬਾਣੀ ਵਿੱਚ ਇਹ ਲਫ਼ਜ਼ ਵਰਤੇ ਨੇ, ਕਹਿੰਦੇ ਨੇ ਇੰਨੀ ਲੋਇਨੀ ਦੇਖਦਿਆਂ ਕਿਤੇ ਚੱਲ ਗਈ। ਕਹਿਣ ਲੱਗੇ ਮੇਰੇ ਦੇਖਦਿਆਂ ਦੇਖਦਿਆਂ ਮੇਰੇ ਮਿੱਤਰ, ਮੇਰੇ ਦੋਸਤ, ਮੇਰੇ ਪੇਰੈਂਟਸ ਚਲੇ ਗਏ, ਮੈਂ ਉਹਨਾਂ ਨੂੰ ਰੋਕ ਨਹੀਂ ਸਕਿਆ। ਕਹਿਣ ਲੱਗੇ ਜਦੋਂ ਮੈਂ ਦੇਖਿਆ ਕਿ ਮੇਰੀ ਮਰਜ਼ੀ ਬਿਨਾਂ, ਮੇਰੇ ਪੁੱਛੇ ਬਿਨਾਂ ਮੇਰੇ ਬਹੁਤ ਨਜ਼ਦੀਕੀ ਚਲੇ ਗਏ ਨੇ, ਮੈਨੂੰ ਵੀ ਆਪਣਾ ਫਿਕਰ ਪੈ ਗਿਆ। ਅਸਲ ਵਿੱਚ ਇਹ ਸਮਾਗਮ ਗੁਰਬਾਣੀ ਦੇ ਕਾਰਨ ਹੀ ਇਹੋ ਹੈ। ਅਸੀਂ ਕਈ ਵਾਰ ਸਮਝਦੇ ਹਾਂ ਵੀ ਅਖੰਡ ਪਾਠ, ਸਹਿਜ ਪਾਠ,
कीर्तन कथा इनका महात्म विछड़ी हुई आत्मा नू पहुंचदा है। उन्हां तां अपने जीवन अंदर जो कर्म आप कीते ने, जो पुन आप कीते ने, जिन्ना बाणी नाल जुड़ के गुरु की अगवाई विच जीवन अपना सुचज्जा बनाया ओहो ही उन्हां दे नाल गया। तुसी पिछे नहीं भेज सकते, ये कर्मकांड है, ये भुलेखा है कि असी पिछे भी कुछ भेज सकने। ये पुजारी बात है, ये ब्राह्मण ने पैदा किया सी कि कोई चीज जे तुसी अगा विछड़ी हुई आत्मा नू भेजना चाहते हो वो मैनू दियो, मैं पहुंचा देंगा। लोग दान पुण करन लग पाए, गुरु ने आख्या नहीं, गुरबाणी विच लफ्ज़ वरते कहन लगे, नानक अगे सो मिले, मिलता है पर जेड़ा आप खाट काल करके देवे, ये नहीं कि कोई देवे, उतों दी खाट काल होई ना। गुरु कहंदे नानक अगे सो मिले जे खट्टे काले दे। असल विच एक कारण सब कुछ सी बाणी पढ़ना, अखंड पाठ रखने, सहज पाठ रखने, उनका मतलब सी क्योंकि जो जहा समा हुंदा है ना उस ओ जहा मनुख दा अंदर बन जाता है, वो माहौल अंदर बनता है। व्याह शादी विच तुसी जाओ उत्थे गीत गाउण नूं चित करदा है, हाथ दा गीत गाउंदे ने लोग, बच्चियां गीत गाउंदियां ने, लोग अपने नच टप कर, क्यों? क्योंकि उत्थे माहौल ही हो जाए। पर कदी ओ माहौल तुसी किसे दे विछोड़े विच देखिया नहीं, बदलदा है। क्यों क्यों बदलदा? क्योंकि लोकां आपो अपनी, मैं अपनी पई, उत्थे आके मनुख नूं मौत याद आउंदी है, विछोड़ा याद आउंदा है। ते विछोड़े प्रति भी एक लफ़्ज़ है, ओए समझदा है भी जेड़ा विछड़ गया है वह कदी नहीं मिलता। साढ़े ख्याल विच मैं गुरबाणी विच कोई तुहानूं साझा करना चाहता, इसे लिए एक लफज असी नाल होर ऐड कर दिता है, इनू असी आखन लग पे हाँ सदीवी विछोड़ा। फलाना जी सदीवी विछोड़ा दे गया, सदीवी विछोड़े का मतलब होंदा हमेशा लिए विछड़ गया है, मैनू कदी भी नहीं मिल सकता। गुरु ने बड़ी अजीब किस्म की स्थिति साडे सामने रख दिती, गुरबाणी नूं ज्यों ज्यों पढ़ीए सानूं बहुत कुछ मिलता है। ये तो निराशता है जिहड़ा चला गया वह कदी नहीं मिल सकता, इहनूं सदीवी विछोड़ा आख्या। पर गुरबाणी दी एक लाइन पढ़ो, गुरु कहिंदे ने सभना मरना आया, मौत तो सारे थे हुण विछड़ना भी सारे ने, कोई दुनिया का ऐसा मनुख नहीं जेड़ा आखे मेरे जीवन विच कदी किसे दा विछोड़ा नहीं होया, किसे दा भरा विछड़िया, किसे दे माता पिता विछड़े, किसे दी भैन विछड़ी, किसे दा कोई दोस्त विछड़िया। जीवन अंदर विछोड़ा है। मैं एक बार कीती सी श्री गुरु ग्रंथ साहिब अंदर बाबा फरीद जी का एक बड़ा खूबसूरत मैसेज है, ओए ते कहंदे ने रुत फिरी वन कंबिया, पतझड़ दी रुत आ गई, रुत बदल गई, पतझड़ दी आ गई। ते पतझड़ दीआं रुत्तां विच मैं अर्ज करदा हुंना कई वारी एक ख्याल करियो, तेज हवावां चलदियां ने, उन्हां तेज हवावां नाल जिहड़े पत्ते सुक्के हुए दरख्त नाल हुंदे ने ना वो झड़ जांदे ने।
ਹੁੰਦਾ। ਫਰੀਦ ਜੀ ਆਖਿਆ, ਕਹਿਣ ਲੱਗੇ ਫਰੀਦਾ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਏ। ਤੇ ਜਦੋਂ ਰੁੱਖ ਨਾਲ ਦਰਖਤ ਨਾਲ ਪੱਤੇ ਨਾ ਰਹਿਣ, ਟੁੱਟ ਜਾਣ ਝੜ ਜਾਣ, ਤੁਸੀਂ ਦੇਖਿਓ ਉਦੋਂ ਕੋਈ ਦਰਖਤ ਦੀ ਖੂਬਸੂਰਤੀ ਹੁੰਦੀ ਹੈ? ਲੈ ਲਹਾਂਦੇ ਹਰੇ ਭਰੇ ਦਰਖਤ ਵਿੱਚ ਖੂਬਸੂਰਤੀ ਹੁੰਦੀ ਹੈ। ਤੇ ਜੇ ਪੱਤੇ ਝੜ ਜਾਣ ਤੇ ਦਰਖਤ ਦੀ ਕੋਈ ਡਰਾਉਣਾ ਹੋ ਜਾਂਦਾ, ਦਰਖਤ ਪੱਤ ਝੜੇ ਝੜ ਪਾਏ। ਤੇ ਬਾਬਾ ਫਰੀਦ ਕਹਿੰਦੇ ਨੇ ਐਸਾ ਦਰਖਤ ਜਿਹਦੇ ਨਾਲੋਂ ਪੱਤੇ ਝੜ ਗਏ ਸਨ, ਉਹਦੀ ਖੂਬਸੂਰਤੀ ਉਹਦੇ ਨਾਲੋਂ ਟੁੱਟ ਗਈ ਸੀ, ਉਹ ਦਰਖਤ ਬੜਾ ਨਿੰਮੂ ਝੂਣਾ ਉਦਾਸ ਖਲੋਤਾ ਸੀ। ਬਾਬਾ ਫਰੀਦ ਕਹਿੰਦੇ ਨੇ ਮੈਂ ਪੁੱਛਿਆ, ਕਿਉਂ ਹੇ ਪੇੜ, ਹੇ ਦਰਖਤ, ਉਦਾਸ ਕਿਉਂ ਹੈ? ਤੂੰ ਤਾਂ ਬੜਾ ਖੂਬਸੂਰਤੀ ਸੰਭਾਲ ਕੇ ਬੈਠਾ ਸੀ, ਲੋਕ ਤੇਰੇ ਥੱਲੇ ਆ ਕੇ ਛਾਇਆ ਮੰਨਦੇ ਸਨ, ਆਕਾਸ਼ 'ਤੇ ਉੱਡਣ ਵਾਲੇ, ਉਡਾਰੀਆਂ ਲਾਉਣ ਵਾਲੇ ਪੰਛੀ ਵੀ ਆ ਕੇ ਤੇਰਾ ਸਹਾਰਾ ਲੈਂਦੇ ਸਨ, ਉਦਾਸ ਕਿਉਂ ਹੈ? ਤੇ ਉਸ ਦਰਖਤ ਨੇ ਜਵਾਬ ਦਿੱਤਾ, ਕਹਿਣ ਲੱਗਾ ਫਰੀਦ, ਆ ਮੇਰੇ ਪੈਰਾਂ ਵੱਲ ਦੇਖ, ਮੇਰੇ ਥੱਲੇ ਮੇਰੇ ਦੋਸਤ ਟੁੱਟ ਕੇ ਡਿੱਗ ਪਏ ਨੇ, ਵਿਛੜ ਗਏ ਨੇ ਮੇਰੇ ਨਾਲ। ਇਹਨਾਂ ਦੀ ਦੋਸਤੀ, ਇਹਨਾਂ ਦੇ ਜੁੜਨ ਨਾਲ ਹੀ ਤਾਂ ਮੈਂ ਖੂਬਸੂਰਤ ਸਾਂ। ਮੈਂ ਹੁਣ ਅਰਜ਼ ਕੀਤੀ ਸੀ, ਮਨੁੱਖ ਜੀਵਨ ਸੰਸਾਰ ਦੇ ਜੀਵਨ ਵਿੱਚ ਖੂਬਸੂਰਤੀ ਜਿੰਨੀ ਹੈ ਉਹ ਮੇਲ ਵਿੱਚ ਹੈ। ਪੇੜ ਆਖਦਾ, ਇਹਨਾਂ ਦੀ ਦੋਸਤੀ ਨਾਲ ਹੀ ਤਾਂ ਮੈਂ ਖੂਬਸੂਰਤ ਸਾਂ, ਮੇਰੇ ਨਾਲ ਟੁੱਟ ਗਏ ਤੇ ਮੈਂ ਉਦਾਸ ਨਾ ਹੋਵਾਂ ਤੇ ਕੀ ਹੋਵਾਂ, ਵਿਛੜ ਗਿਆ। ਤੇ ਬਾਬਾ ਫਰੀਦ ਨੇ ਬੜੀ ਖੂਬਸੂਰਤ ਲਾਈਨ ਇਸ ਅਗਲੀ ਲਾਈਨ ਵਿੱਚ ਗੱਲ ਕਹੀ, ਕਹਿਣ ਲੱਗੇ ਦਰਖਤ ਉਦਾਸ ਨਾ ਹੋ, ਤੂੰ ਇਕੱਲਾ ਹੀ ਨਹੀਂ ਵਿਛੜਿਆ, ਤੂੰ ਇਕੱਲਾ ਹੀ ਆਪਣੇ ਦੋਸਤਾਂ ਕੋਲੋਂ, ਆਪਣੇ ਮਿੱਤਰਾਂ ਕੋਲੋਂ, ਆਪਣੇ ਸਾਥੀਆਂ ਕੋਲੋਂ, ਆਪਣੇ ਨਾਲ ਰਹਿਣ ਵਾਲਿਆਂ ਕੋਲੋਂ ਨਹੀਂ ਵਿਛੜਿਆ, ਮੈਨੂੰ ਕੋਈ ਦੱਸ ਐਸਾ ਜਿਹੜਾ ਕਦੀ ਨਾ ਵਿਛੜਿਆ ਹੋਵੇ। ਚਾਰੇ ਕੁੰਡਾਂ ਡੂੜੀਆਂ ਰਹਿਣ ਕਥਾਉਂ ਨਾ, ਰੁੱਤ ਕਰੀ ਵਣ ਕੰਬਿਆ, ਪੱਤ ਝੜੇ ਝੜ ਪਾਏ, ਚਾਰੇ ਕੁੰਡਾਂ ਡੂੜੀਆਂ ਰਹਿਣ ਕਥਾ, ਕੋਈ ਐਸਾ ਟਿਕਾਣਾ ਮੈਨੂੰ ਦੱਸ ਜਿੱਥੇ ਕਦੇ ਕੋਈ ਕਿਸੇ ਤੋਂ ਵਿਛੜਿਆ ਨਾ ਹੋਵੇ। ਹਰ ਕੋਈ ਵਿਛੜਦਾ, ਬੋਲਤ ਪੁਣੀ ਚੱਲਣਾ, ਤੇ ਫਿਰ ਕੀ ਕਾਰਨ ਹੈ ਇਸ ਵਿਛੋੜਾ ਜਿਹੜਾ ਸਾਰੀ ਦੁਨੀਆਂ ਦਾ ਹੈ, ਉਹਦਾ ਕੋਈ ਇਲਾਜ ਵੀ ਤਾਂ ਦੱਸੋ। ਇਹ ਤਾਂ ਨਿਰਾਸ਼ਤਾ ਹੈ, ਆਖ ਦਿਓ ਕਿ ਜਿਹੜਾ ਵਿਛੜਿਆ ਉਹ ਸਦੀ ਵੀ ਵਿਛੜਿਆ, ਕਦੀ ਮੇਲ ਹੁੰਦਾ ਹੀ ਨਹੀਂ। ਆਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਗੁਰੂ ਨੇ ਆਖਿਆ, ਕਹਿਣ ਲੱਗੇ ਸਭਨਾ ਮਰਨਾ ਆਇਆ, ਸਭਨਾ ਮਰਨਾ ਆਇਆ, ਵਿਛੋੜਾ ਸਭਨਾ ਮੌਤ ਨੇ ਵਿਛੋੜ ਦਿੱਤਾ। ਕੀ ਉਹ ਮਿਲ ਨਹੀਂ ਸਕਦੇ? ਲਓ ਇੱਥੇ ਖਲੋਣਾ, ਅਗਲੀ ਲਾਈਨ ਨੂੰ ਅਸੀਂ ਸਮਝ ਲਈਏ ਨਾ, ਸਾਨੂੰ ਬੜਾ ਵੱਡਾ ਧੀਰਜ ਮਿਲਦਾ ਹੈ। ਅਸੀਂ ਗੁਰਬਾਣੀ ਦਾ ਸਹਾਰਾ ਧੀਰਜ ਲੈਣ ਵਾਸਤੇ ਹੀ ਕਰਨੇ ਹਾਂ, ਕਿਉਂਕਿ ਵਿਛੋੜਾ ਮਨੁੱਖ ਦੇ ਦਿਲ ਨੂੰ ਦੁਖਾ ਚੁੱਕਾ ਹੁੰਦਾ ਹੈ, ਪਰੇਸ਼ਾਨੀ ਪੈਦਾ ਹੁੰਦੀ, ਹਰ ਕੋਈ ਰੋ ਰਿਹਾ ਹੁੰਦਾ, ਹਰ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਹੁੰਦੇ ਨੇ, ਕਿਉਂਕਿ ਜਿਹਦੇ ਨਾਲੋਂ ਵਿਛੜਦਾ ਹੈ ਨਾ ਵੱਖ ਹੁੰਦਾ, ਉਹਦੀ ਯਾਦ ਸਤਾਉਂਦੀ ਹੈ। ਤੇ ਧੀਰਜ ਕਿਵੇਂ ਕਰੇ? ਪਰ ਜੇ ਇਸ ਗੱਲ ਨੂੰ ਸਮਝ ਲੈ ਅਗਲੀ ਨੂੰ, ਤੇ ਫਿਰ ਧੀਰਜ ਮਿਲਦਾ ਹੈ। ਗੁਰੂ ਕਹਿੰਦੇ ਨੇ ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਆ।
ਸਾਰਿਆਂ ਨੇ ਵਿਛੜਨਾ ਹੈ, ਸਾਰਿਆਂ ਨੇ ਵਿਛੜਨਾ, ਸੰਗ ਚਲਤ ਹੈ, ਹਮ ਵੀ ਚਲਣਾ, ਜੇ ਸਾਰਿਆਂ ਨੇ ਵਿਛੜਨਾ ਹੈ ਤੇ ਕੀ ਇਹ ਵਿਛੋੜਾ ਸਦੀਵੀ ਨਿਰਾਸ਼ਤਾ ਨਹੀਂ? ਮੁੜ ਕੇ ਮਿਲ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਜਿਹੜੀ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਉਹਨੂੰ ਪਤਾ ਲੱਗੇ ਕਿ ਇਹ ਵਿਛੋੜਾ ਸਦੀਵੀ ਹੈ, ਹੁਣ ਮਿਲ ਹੀ ਨਹੀਂ ਸਕਦੇ। ਨਹੀਂ ਤਾਂ ਵਿਛੋੜਾ ਆਪਣੀ ਥਾਵੇਂ ਕੁਝ ਸਮੇਂ ਦਾ ਹੋਵੇ ਨਾ, ਉਹਦਾ ਕੋਈ ਇਲਾਜ ਹੋਵੇ, ਮਨੁੱਖ ਇੰਨਾ ਦੁਖੀ ਨਾ ਹੋਵੇ। ਮੌਤ ਤੋਂ ਮਨੁੱਖ ਡਰਦਾ ਕਿ ਮੌਤ ਦਾ ਨਾਂ ਕਿਉਂ ਸੁਣਨਾ ਨਹੀਂ ਚਾਹੁੰਦਾ? ਉਹਦਾ ਕਾਰਨ ਹੈ ਕਿ ਮਨੁੱਖ ਸਮਝਦਾ ਹੈ ਸਦੀਵੀ ਵਿਛੋੜਾ ਹੈ। ਨਹੀਂ ਤਾਂ ਆਪਾਂ ਜਦੋਂ ਦੇਸ਼ ਛੱਡਦੇ ਹਾਂ, ਵਿਦੇਸ਼ ਆਉਂਦੇ ਹਾਂ, ਸਾਡੇ ਬੱਚੇ ਦੇਸ਼ ਛੱਡਦੇ ਨੇ, ਵਿਦੇਸ਼ ਆਉਂਦੇ ਨੇ, ਉੱਥੇ ਵੀ ਤਾਂ ਮਾਤਾ ਪਿਤਾ ਰਹਿ ਜਾਂਦੇ ਨੇ। ਕਈਆਂ ਦੇ ਮਾਤਾ ਪਿਤਾ ਆਉਂਦੇ ਨੇ, ਬੱਚੇ ਉੱਥੇ ਰਹਿ ਜਾਂਦੇ ਨੇ, ਪਰ ਇੰਨੇ ਦੁਖੀ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ। ਕਿਉਂ ਨਹੀਂ ਦੁਖੀ ਹੁੰਦੇ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਕੋਈ ਨਹੀਂ, ਜਦੋਂ ਮਰਜ਼ੀ ਸਾਲ ਬਾਅਦ, 6 ਮਹੀਨੇ ਬਾਅਦ ਉਹ ਆ ਜਾਏਗਾ ਜਾਂ ਅਸੀਂ ਚਲੇ ਜਾਵਾਂਗੇ। ਹੁਣ ਤੇ ਹੋਰ ਸਾਧਨ ਬਣ ਗਏ ਨੇ, ਫੋਨ ਤੇ, ਮੋਬਾਈਲ ਤੇ, ਆਹ ਸਾਹਮਣੀ ਗੱਲ ਹੋ ਜਾਂਦੀ। ਜੇ ਮਨੁੱਖ ਦੁਖੀ ਨਹੀਂ ਹੁੰਦਾ ਉਸ ਵਿਛੋੜੇ ਨਾਲ, ਤੇ ਉਹਦਾ ਕਾਰਨ ਹੈ ਕਿ ਉਹ ਵਿਛੋੜਾ ਮਨੁੱਖ ਸਮਝਦਾ ਸਦੀਵੀ ਨਹੀਂ, ਹਮੇਸ਼ਾ ਦਾ ਨਹੀਂ। ਮਨੁੱਖ ਛੋਟੇ ਵਿਛੋੜੇ ਨੂੰ ਸਹਿ ਸਕਦਾ, ਬਰਦਾਸ਼ਤ ਕਰ ਲੈਂਦਾ, ਵੱਡੇ ਵਿਛੋੜੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਜਿਹਦੇ ਵਿੱਚ ਨਿਰਾਸ਼ਤਾ ਹੋਵੇ ਕਿ ਕਦੀ ਮੇਲ ਹੀ ਨਹੀਂ ਹੁੰਦਾ, ਮੇਲ ਹੀ ਨਹੀਂ ਹੁੰਦਾ। ਹੁਣ ਜ਼ਰਾ ਗੁਰਬਾਣੀ ਦਾ ਸਹਾਰਾ ਲਈ, ਗੁਰੂ ਕਹਿੰਦੇ ਨੇ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਹਨਾਂ ਦਾ ਮੇਲ ਹੋਏਗਾ। ਇੱਕ ਹੋਰ ਲਾਈਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਗੁਰਬਾਣੀ ਦੀ, ਉਹਦੇ ਵਿੱਚ ਕਹਿੰਦੇ ਨੇ, ਜੇ ਗੁਣ ਹੋਵੇ ਗੰਠਣੀਆ ਮਿਲੇਗਾ ਸੋਈ। ਇੱਥੇ ਇੱਕ ਲਫ਼ਜ਼ ਗੁਣ ਵਰਤ ਦਿੱਤਾ, ਤੇ ਆਹ ਜਿਹੜਾ ਵਿਛੋੜਾ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ, ਇਹਦੇ ਨਾਲ ਵੀ ਇੱਕ ਲਫ਼ਜ਼ ਆਏ ਨੇ ਗੁਰਬਾਣੀ ਵਿੱਚ, ਉਹ ਹੁਣੇ ਅਲਾਣੀਆਂ ਵਿੱਚ ਵੀ ਆ ਚੁੱਕੇ, ਉਹ ਹੈਨ, ਭੈ ਰੋਵੇ ਗੁਣ ਸਾਰ ਸੰਭਾਲੇ। ਪੁੱਤ ਵੀ ਰੋਂਦੇ ਨੇ, ਭਤੀਜੇ ਵੀ ਰੋਂਦੇ ਨੇ, ਪ੍ਰੀਤਮ ਅਤ ਪਿਆਰੇ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਉਹ ਵੀ ਰੋਂਦੇ ਨੇ ਵਿਛੋੜਾ, ਗੁਰੂ ਬਾਣੀ ਵਿੱਚ ਕਹਿੰਦੇ ਨੇ, ਭੈ ਰੋਵੇ, ਪੁੱਤ ਭਾਈ ਭਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਅੱਗੇ ਕਹਿੰਦੇ ਨੇ, ਭੈ ਰੋਵੇ ਗੁਣ ਸਾਰ ਸੰਭਾਲੇ। ਆਖਿਰ ਰੋਂਦੇ ਕਿਉਂ ਨੇ? ਲਓ ਰੁਕਣਾ ਚਾਹੁੰਦਾ, ਗੁਰਬਾਣੀ ਵਿੱਚੋਂ ਬਹੁਤ ਕੁਝ ਮਿਲਦਾ। ਸੋਚਿਆ ਰੋਂਦੇ ਕਿਉਂ ਨੇ? ਕਿਸੇ ਦਾ ਕੋਈ ਦੁਸ਼ਮਣ ਵੀ ਹੋ ਸਕਦਾ, ਮੈਂ ਐਗਜ਼ਾਮਪਲ ਦੇਣਾ ਚਾਹੁੰਦਾ, ਕਿਸੇ ਦਾ ਕੋਈ ਦੁਸ਼ਮਣ ਵੀ ਹੋ ਸਕਦਾ, ਭਲਾ ਉਹ ਵੀ ਕਦੇ ਰੋਂਦਾ? ਉਹਦਾ ਤਾਂ ਦੁਸ਼ਮਣ ਮਰ ਗਿਆ। ਕੋਈ ਆਦਮੀ ਵਿਛੜ ਜਾਏ, ਉਹਦੀ ਮੌਤ ਹੋ ਜਾਏ, ਮਿੱਤਰ ਰੋਣਗੇ, ਪਰਿਵਾਰ ਦੇ ਜੀ ਰੋਣਗੇ, ਰਿਸ਼ਤੇਦਾਰ ਰੋਣਗੇ, ਪਰ ਕੋਈ ਉਹਦਾ ਦੁਸ਼ਮਣ ਵੀ ਹੋ ਸਕਦਾ। ਦੁਸ਼ਮਣ ਵੀ ਰੋਂਦਾ? ਦੁਸ਼ਮਣ ਦੇ ਘਰ ਤਾਂ ਲੱਡੂ ਵੰਡੇ ਜਾਂਦੇ ਨੇ, ਉਹਦੇ ਘਰ ਤਾਂ ਖੁਸ਼ੀਆਂ ਹੁੰਦੀਆਂ, ਉਹ ਕਹਿੰਦਾ ਮੇਰਾ ਦੁਸ਼ਮਣ ਮਰ ਗਿਆ। ਕਿਉਂ? ਕਿਉਂਕਿ ਉਹਦੇ ਜਿੰਨੇ ਗੁਣ ਨੇ ਉਹ ਆਪਣੇ ਪਰਿਵਾਰ ਨਾਲ ਸਾਂਝ ਰੱਖਦੇ ਨੇ,
ਜਿਹੜਾ ਦੁਸ਼ਮਣੀ ਕਰ ਰਿਹਾ ਦੁਸ਼ਮਣੀ ਅਤੇ ਦੁਸ਼ਮਣ ਨੂੰ ਕਦੇ ਉਹਨੇ ਗੁਣ ਨਹੀਂ ਕੀਤਾ ਅਵਗੁਣ ਕੀਤਾ ਉਹਨੂੰ ਗਾਲ ਕੱਢੀ ਹੈ ਉਹਨੂੰ ਮਾਰਿਆ ਉਹਨੂੰ ਉਹਦਾ ਕੋਈ ਘਾਟਾ ਨੁਕਸਾਨ ਕੀਤਾ ਉਹਦੀ ਜ਼ਮੀਨ ਰੋਕ ਲਈ ਹੈ ਤਾਂ ਹੀ ਦੁਸ਼ਮਣੀ ਪਈ ਇਹਦਾ ਮਤਲਬ ਚੰਗਿਆਈਆਂ ਜਿਹੜੀਆਂ ਨੇ ਉਹ ਗੁਣ ਨੇ ਮਨੁੱਖ ਦੀਆਂ ਚੰਗਿਆਈਆਂ ਜਿਹੜੀਆਂ ਨੇ ਗੁਣ ਨੇ ਅਤੇ ਉਹ ਚੰਗਿਆਈਆਂ ਉਹਨੇ ਆਪਣੇ ਪਰਿਵਾਰ ਨਾਲ ਕੀਤੀਆਂ ਹੁੰਦੀਆਂ ਨੇ ਮਿੱਠਾ ਬੋਲਿਆ ਹੁੰਦਾ ਹੈ ਭੈਣ ਭਰਾ ਨਾਲ ਪਿਆਰ ਕੀਤਾ ਹੁੰਦਾ ਹੈ ਬੱਚਿਆਂ ਨੂੰ ਬੜੇ ਸੋਹਣੇ ਢੰਗ ਨਾਲ ਸੰਭਾਲਿਆ ਹੁਣੇ ਬੱਚੀ ਉੱਥੇ ਸੁਣਾ ਰਹੇ ਸੀ ਨਾ ਆਪਣੀ ਕਹਾਣੀ ਮਾਤਾ ਜੀ ਦੇ ਸੰਬੰਧ ਵਿੱਚ ਕਿ ਉਹਨੇ ਕਿਵੇਂ ਪਾਲਿਆ ਕਿਵੇਂ ਸੰਭਾਲਿਆ ਕਿਵੇਂ ਸਾਰਿਆਂ ਨਾਲ ਵਰਤਾਓ ਉਹ ਗੁਣ ਨੇ ਚੰਗਿਆਈਆਂ ਤੇ ਜੇ ਅੱਜ ਕੋਈ ਅੱਖਾਂ ਭਰਦਾ ਹੈ ਤਾਂ ਦੁਸ਼ਮਣ ਨਹੀਂ ਦੋਸਤ ਜਿਹਦੇ ਨਾਲ ਚੰਗਿਆਈਆਂ ਹੋਈਆਂ ਨੇ ਜੇ ਉਹਦੀਆਂ ਅੱਖਾਂ ਭਰੀਆਂ ਨੇ ਰੋ ਰਿਹਾ ਤੇ ਉਹ ਗੁਣਾਂ ਲਈ ਰੋ ਰਿਹਾ ਵਿਅਕਤੀ ਲਈ ਨਹੀਂ ਗੁਰੂ ਕਹਿੰਦੇ ਭੈ ਰੋਵੇ ਗੁਣ ਸਾਰ ਸਵਾਲੇ ਕੋ ਮਰੇ ਨਾ ਮੋਇਆ ਨਾਲੇ ਕਿਸੇ ਮਰਦੇ ਨਾਲ ਕਦੀ ਕੋਈ ਮਰ ਨਹੀਂ ਜਾਂਦਾ ਜੇ ਆਖੇ ਮੈਂ ਵਿਛੜਨਾ ਨਹੀਂ ਚਾਹੁੰਦਾ ਕੋਈ ਵੀ ਨਹੀਂ ਵਿਛੜਨਾ ਚਾਹੁੰਦਾ ਜੇ ਕੋਈ ਆਖੇ ਮੈਂ ਵਿਛੜਨਾ ਨਹੀਂ ਚਾਹੁੰਦਾ ਇਸ ਲਈ ਜੇ ਇਹ ਮਰ ਗਿਆ ਮੈਂ ਵੀ ਨਾਲ ਮਰ ਜਾਵਾਂ ਤਾਂ ਕਿ ਇਕੱਠੇ ਜਾਈਏ ਕਦੀ ਹੋਇਆ ਉਹ ਮਰੇ ਨਾ ਮੈਂ ਗੁਰਬਾਣੀ ਨੇ ਬਹੁਤ ਖੂਬਸੂਰਤ ਆਖਿਆ ਕਹਿਣ ਲੱਗੇ ਭੈ ਰੋਵੈ ਗੁਣ ਸਾਰ ਸੰਭਾਲੇ ਉਹ ਮਰੇ ਨਾ ਮੋਇਆ ਨਾਲੇ ਮਰਦੇ ਦੇ ਨਾਲ ਕਦੀ ਕੋਈ ਮਰਦਾ ਨਹੀਂ ਜੇ ਰੋਂਦਾ ਹੈ ਤਾਂ ਉਹਦੇ ਗੁਣਾਂ ਦੀ ਸੰਭਾਲ ਕਰਕੇ ਵੀ ਉਹਨੇ ਮੇਰੇ ਨਾਲ ਆਹ ਚੰਗਿਆਈਆਂ ਕੀਤੀਆਂ ਨੇ ਇਹਦਾ ਮਤਲਬ ਚੰਗਿਆਈਆਂ ਹੀ ਮਨੁੱਖ ਨੂੰ ਯਾਦ ਰਹਿੰਦੀਆਂ ਨੇ ਯਾਦ ਕਰ ਆਉਂਦੀਆਂ ਨੇ ਇੱਥੇ ਰੁਕਣਾ ਚਾਹੁੰਦਾ ਚੰਗਿਆਈਆਂ ਕੀ ਨੇ ਮਨੁੱਖ ਦੇ ਜੀਵਨ ਨੂੰ ਚੱਲਣ ਵਾਲਾ ਲਫ਼ਜ਼ ਆਇਆ ਨਾ ਜਦੋਂ ਮਨੁੱਖ ਚੱਲਦਾ ਇਹਨੂੰ ਮੁਸਾਫਰੀ ਕਹਿੰਦੇ ਨੇ ਜਦੋਂ ਚੱਲਦਾ ਇਹਦੇ ਪੈਰਾਂ ਦੇ ਕੋਈ ਨਿਸ਼ਾਨ ਪੈਂਦੇ ਨੇ ਨਾ ਇਹਦਾ ਨਾਂ ਕੀ ਹੈ ਜਿਸਨੂੰ ਆਪਣੇ ਚੰਗਿਆਈਆਂ ਆਖਦੇ ਹਾਂ ਫਲਾਣੇ ਦਾ ਚਾਲ ਚੱਲਣ ਬਹੁਤ ਚੰਗਾ ਹੈ ਮੈਂ ਹਰ ਗੱਲ ਦੀ ਸ਼ਬਦਾਵਲੀ ਨੂੰ ਰੋਕਣਾ ਚਾਹੁੰਦਾ ਚਾਲ ਚੱਲਣ ਚੱਲਣਾ ਅਤੇ ਕਿਸ ਚਾਲ ਨਾਲ ਚੱਲਣਾ ਤੁਸੀਂ ਇੱਕ ਚੀਜ਼ ਦੇਖੋ ਦੁਨੀਆਂ ਅੰਦਰ ਜਿੰਨੇ ਜੀਵ ਨੇ ਧਰਤੀ 'ਤੇ ਚੱਲਣ ਵਾਲੇ ਸਭ ਦੀ ਕੋਈ ਪੈੜ ਹੁੰਦੀ ਹੈ ਚੱਲਦੇ ਨੇ ਸਭ ਦੀ ਕੋਈ ਪੈੜ ਹੁੰਦੀ ਹੈ ਮੈਨੂੰ ਆਪਣਾ ਬਚਪਨ ਯਾਦ ਹੈ ਜਦੋਂ ਖੇਤਾਂ ਵਿੱਚ ਜਾਂਦੇ ਸਨ ਵੇਖ ਕੇ ਉੱਥੋਂ ਦੀ ਪੈੜ ਨੂੰ ਦੱਸਦਾ ਸਿੱਧਾ ਸੀ ਵੀ ਇੱਥੋਂ ਸਿਆਹ ਲੰਘਿਆ ਕਿ ਹਰਨ ਲੰਘਿਆ ਕਿ ਮਨੁੱਖ ਲੰਘੇ ਇਹਨਾਂ ਨੂੰ ਖੋਜੀ ਆਖਦੇ ਨੇ ਪੁਰਾਤਨ ਸਮੇਂ ਅੰਦਰ ਅਤੇ ਜਦੋਂ ਕੋਈ ਚੋਰੀ ਵੀ ਘਰ ਹੋ ਜਾਂਦੀ ਸੀ ਨਾ ਚੋਰ ਨੂੰ ਪਕੜਨ ਲਈ ਬੜੇ ਸਿਆਣੇ ਖੋਜੀ ਹੁੰਦੇ ਸਨ ਉਹ ਘਰ ਦੇ ਦਰਵਾਜ਼ੇ ਤੋਂ ਜਿੱਥੋਂ ਚੋਰ ਨਿਕਲਿਆ ਉੱਥੋਂ ਪੈੜ ਨੂੰ ਸੰਭਾਲਦੇ ਸਨ ਕਿਉਂਕਿ ਪੈੜ ਜਿਹੜੀ ਹੈ ਉਹ ਚਾਲ ਚੱਲਣ ਦੀ ਨਿਸ਼ਾਨੀ ਹੈ ਪੈੜ ਨੂੰ ਸੰਭਾਲਦੇ ਸਨ ਅਤੇ ਚੋਰ ਦੇ ਘਰ ਪਹੁੰਚ ਜਾਂਦੇ ਸਨ ਕਿਉਂਕਿ ਉੱਥੋਂ ਉਹਦੀ ਚਾਲ ਚੱਲਣ ਦੀ ਹੈ ਉਹਦੀ ਹਰ ਇੱਕ ਨਿਸ਼ਾਨੀ ਉਹਦੇ ਘਰ ਪਹੁੰਚ ਜਾਂਦੇ ਨੇ ਜਿਹੜਾ ਪੈੜ ਸੰਭਾਲ ਲੈਂਦਾ ਖੋਜੀ ਉਹਨਾਂ ਨੂੰ ਲੋਕ ਖੋਜੀ ਆਖਦੇ ਨੇ ਖੋਜ ਕਰਨੀ ਤੇ ਖੋਜੀ ਦਾ ਕੰਮ ਹੁੰਦਾ ਪੈੜ ਨੂੰ ਸੰਭਾਲਣਾ ਹੁਣ ਚੋਰ ਤਾਂ ਲੰਘਿਆ ਹਰਨ ਤਾਂ ਲੰਘਿਆ ਸਿਆਹ ਤਾਂ ਲੰਘ ਗਿਆ ਪਰ ਜੇ ਉਹਦੇ ਤੱਕ ਪਹੁੰਚਣਾ ਹੋਵੇ ਤਾਂ ਫਿਰ ਕੀ ਕਰੇ ਉਹਦੀ ਪੈੜ ਸੰਭਾਲ ਲਵੇ ਉਹਦਾ ਚਾਲ ਚੱਲਣਾ ਤੇ ਗੁਰਬਾਣੀ ਨੇ ਇੱਕ ਬੜਾ ਖੂਬਸੂਰਤ ਦ੍ਰਿਸ਼ਟਾਂਤ ਦਿੱਤਾ ਹੈ ਕਹਿੰਦੇ ਨੇ ਕੋਈ ਵੀ ਮਾਂ ਹੈ ਬਾਪੂ ਹੈ ਭਰਾ ਹੈ ਉਹਦੇ ਜੀਵਨ ਦਾ ਚਾਲ ਚੱਲਣ ਉਹੀ ਤਾਂ ਅਸੀਂ ਗੱਲਾਂ ਕਰਦੇ ਸਾਂ ਕਿ ਮਾਤਾ ਦਾ ਚਾਲ ਚੱਲਣ ਕੀ ਸੀ ਤੇ ਜੇ ਉਹਨੂੰ ਮਿਲਣਾ
ਤਾਂ ਸਰੀਰ ਕਰਕੇ ਨਹੀਂ, ਪੈਰ ਹੋਵੇ ਗੁਣਸਾਰ ਸੰਭਾਲੇ ਗੁਣਾਂ ਕਰਕੇ। ਸਰੀਰ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ, ਰਿਸ਼ਤਾ ਹੁੰਦਾ ਹੀ ਕਰਮਾਂ ਨਾਲ ਅਤੇ ਸਰੀਰ ਨਾਲ ਹੈ, ਗੁਣਾਂ ਨਾਲ ਹੈ। ਜਦੋਂ ਗੁਣ ਕਰਨ ਵਾਲਾ, ਚੰਗਿਆਈਆਂ ਕਰਨ ਵਾਲਾ ਜੀਉ ਅੰਦਰੋਂ ਚਲਾ ਜਾਂਦਾ, ਸਰੀਰ ਤਾਂ ਸਾਡੇ ਕੋਲ ਹੀ ਹੁੰਦਾ। ਅਸੀਂ ਕਦੇ ਸਰੀਰ ਨੂੰ ਸੰਭਾਲ ਕੇ ਰੱਖਿਆ? ਹੁਣ ਆਪਣੀ ਹੱਥੀ ਸੰਸਕਾਰ ਕਰਕੇ ਆਏ, ਕਦੇ ਕੋਈ ਸਰੀਰ ਨੂੰ ਸੰਭਾਲ ਕੇ ਨਹੀਂ ਰੱਖਦਾ। ਓਨੀ ਦੇਰ ਹੀ ਸਰੀਰ ਦੀ ਵੈਲਿਊ ਹੈ ਜਦੋਂ ਤੱਕ ਉਹ ਕਰਮ ਕਰਦਾ ਹੈ, ਅਤੇ ਕਰਮ ਦਾ ਨਾਮ ਗੁਣ ਹੈ। ਅਤੇ ਗੁਰੂ ਨੇ ਖਿਆਲ ਦਿੱਤਾ, ਕਹਿੰਦੇ ਨੇ ਉਹ ਜਦੋਂ ਚੱਲਦਾ ਹੈ, ਭਾਵ ਜਿਹੋ ਜਿਹਾ ਜੀਵਨ ਦਾ ਚਾਲ ਚੱਲਣ, ਜਿਸ ਤਰ੍ਹਾਂ ਦੀ ਉਹਨੇ ਯਾਤਰਾ ਕੀਤੀ ਹੈ, ਤੁਰਿਆ ਹੈ, ਉਹ ਸਾਰਾ ਗੁਣ ਜਿਹੜੇ ਨੇ ਉਹ ਉਹਦੇ ਪੈਰ ਛੱਡ ਗਏ ਨੇ, ਜਿਹਨੂੰ ਅਸੀਂ ਦੂਸਰੇ ਲਫ਼ਜ਼ਾਂ 'ਚ ਕਹਿੰਦੇ ਹਾਂ ਯਾਦ, ਫਲਾਣੇ ਦੀਆਂ ਯਾਦਾਂ, ਉਹ ਗੁਣ ਛੱਡ ਗਿਆ। ਅਤੇ ਜਿਹੜਾ ਕੋਈ ਉਹਦੇ ਕੋਲੋਂ, ਮਾਤਾ ਕੋਲੋਂ ਵਿਛੜਨਾ ਨਾ ਚਾਹੇ, ਨਾ ਵਿਛੜਨਾ ਚਾਹੇ, ਉਹਦੇ ਕੋਲ ਬੜਾ ਸੋਹਣਾ ਤਰੀਕਾ ਹੈ ਕਿ ਉਹਦੇ ਗੁਣਾਂ ਨੂੰ ਸੰਭਾਲ ਲਵੇ, ਜਿਵੇਂ ਪੈਰ ਸੰਭਾਲ ਲਈ, ਜਿਵੇਂ ਪੈਰ ਸੰਭਾਲ ਲਈ ਦੇ ਨਾ, ਉੱਥੇ ਪਹੁੰਚ ਜਾਈਏ। ਜਿਹੜਾ ਵੀ ਵਿਛੜਨਾ ਨਹੀਂ ਚਾਹੁੰਦਾ ਉਹ ਪੈਰ ਸੰਭਾਲ ਲਵੇ। ਜੋ ਜਿਸ ਤਰ੍ਹਾਂ ਦਾ ਜੀਵਨ ਮਾਤਾ ਨੇ ਗੁਜ਼ਾਰਿਆ, ਜੇ ਅਸੀਂ ਉਸ ਜੀਵਨ ਸ਼ੈਲੀ ਨੂੰ, ਚਾਲ ਚੱਲਣ ਨੂੰ ਆਪਣੀ ਜੀਵਨ ਦੀਆਂ ਯਾਦਾਂ ਵਿੱਚ ਰੱਖ ਲਈਏ ਤਾਂ ਕਦੇ ਵਿਛੜਾਂਗੇ ਹੀ ਨਹੀਂ। ਕਿਉਂ? ਇਹ ਨਹੀਂ ਕਿ ਅਸੀਂ ਵੀ ਆਖਾਂਗੇ ਸਾਡੀ ਮਾਂ ਇਉਂ ਕਰਦੀ ਸੀ, ਗੁਆਂਢੀ ਵੀ ਆਖਣਗੇ ਵੀ ਇਹਦਾ ਸੁਭਾਅ ਬਿਲਕੁਲ ਇਹਦੀ ਮਾਂ ਵਰਗਾ ਹੈ। ਇਹਦਾ ਮਤਲਬ ਗੁਣ ਜਿਹੜੇ ਨੇ ਉਹ ਮਨੁੱਖ ਨੂੰ ਵਿਛੜਨ ਨਹੀਂ। ਗੁਰੂ ਨੇ ਬੜੀ ਖੂਬਸੂਰਤ ਇੱਕ ਦ੍ਰਿਸ਼ ਰਚ ਕੇ ਗੱਲ ਆਖੀ, ਕਹਿਣ ਲੱਗੇ, ਭਲਿਆ ਤੂੰ ਇਹਨੂੰ ਸਦੀਵ ਹੀ ਵਿਛੋੜਾ ਨਾ ਆਖ। ਵਿਛੋੜਾ ਹੋਰ ਚੀਜ਼ ਹੈ, ਸਦੀਵੀ ਵਿਛੋੜਾ, ਕਿਉਂਕਿ ਸਦੀਵੀ ਵਿਛੋੜਾ ਤੈਨੂੰ ਨਿਰਾਸ਼ ਕਰੇਗਾ, ਆਸ ਟੁੱਟ ਜਾਏਗੀ, ਕਦੀ ਵੀ ਨਹੀਂ ਮੇਲ ਹੋ ਸਕਦਾ। ਲੇਕਿਨ ਜੇ ਤੂੰ ਵਿਛੋੜਾ ਆਖੇਗਾ ਤਾਂ ਫਿਰ ਉਹ ਮੇਲ ਹੋਵੇਗਾ, ਜਿਵੇਂ ਇੱਕ ਇੰਡੀਆ ਬੈਠਾ ਹੈ, ਇੱਕ ਇੱਥੇ ਆ ਗਿਆ, ਪਰ ਉਸ ਤਰ੍ਹਾਂ ਦਾ ਵਿਛੋੜਾ, ਉਹ ਕਹਿੰਦਾ ਜਦੋਂ ਮਰਜ਼ੀ ਮਿਲ ਲਵਾਂਗਾ, ਉਹ ਵਿਛੋੜਾ ਛੋਟਾ ਹੋ ਗਿਆ ਨਾ। ਇਸੇ ਤਰ੍ਹਾਂ ਜਿਸ ਦਿਨ ਤੁਹਾਨੂੰ ਇਹ ਵਿਸ਼ਵਾਸ ਅਤੇ ਯਕੀਨ ਆ ਜਾਏਗਾ ਕਿ ਗੁਣਾਂ ਨਾਲ ਹੀ ਕਿਸੇ ਦੀ ਸਾਂਝ ਪੈਦਾ ਹੁੰਦੀ ਹੈ, ਗੁਰੂ ਨੇ ਬਾਣੀ ਵਾਰ ਵਾਰ ਬਾਣੀ ਉੱਤੇ ਇਹ ਗੱਲ ਕਿਉਂ ਸਮਝਾਵੇ? ਜੇ ਗੁਣ ਹੋਵਨ ਸਾਜਨ, ਜੇ ਗੁਣ ਹੋਵਨ ਸਾਜਨ, ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ। ਲੋ ਗੁਰੂ ਇਹ ਸਿਖਾਉਣਾ ਚਾਹੁੰਦੇ, ਗੁਰੂ ਕਹਿੰਦਾ ਜੇ ਤੂੰ ਗੁਣਾਂ ਦੀ ਸਾਂਝ ਪੈਦਾ ਕਰ ਲਏ ਤਾਂ ਫਿਰ ਵਿਸ਼ਵਾਸ ਕਰ, ਤੇਰੇ ਮਨ ਅੰਦਰ ਇਹ ਨਿਰਾਸ਼ਤਾ ਨਹੀਂ ਹੋਵੇਗੀ ਕਿ ਮਾਂ ਮੇਰੇ ਕੋਲ ਵਿਛੜ ਗਈ, ਮੈਂ ਉਹਦੇ ਗੁਣ ਮੇਰੇ ਕੋਲ ਨੇ। ਜਿਸ ਕਿਸੇ ਦਾ ਵੀ ਵਿਛੋੜਾ ਤੁਹਾਨੂੰ ਅਸਹਿ ਨਜ਼ਰ ਆਵੇ, ਉਹਦੇ ਗੁਣ ਗੁਣ ਰੂਪੀ ਪੈਰ ਫੜ ਲਓ, ਉੱਥੇ ਪਹੁੰਚ ਜਾਓ। ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਹਰ ਇੱਕ ਨੇ ਆਪਣੀ ਮੋਹਲਤ ਜਿੰਨੀ ਕੁ ਮਿਲੀ ਹੈ ਉਹਦੇ ਮੁਤਾਬਕ ਚਲਾ ਜਾਣਾ, ਪਰ ਉਸ ਚਲੇ ਜਾਣ ਵਾਲੇ ਨੇ ਕੋਈ ਗੁਣਾਂ ਦੀ ਪੈੜ ਛੱਡ ਜਾਣੀ। ਜਾਣਾ ਉਹਨੇ ਜ਼ਰੂਰ ਹੈ, ਮੋਲਤ ਪੁੰਨੀ ਚੱਲਣਾ। ਜਦੋਂ ਕਿਸੇ ਦੀ ਮੋਹਲਤ ਜਿੰਨਾ ਕੁ ਸਮਾਂ ਉਹਨੂੰ ਮਿਲਿਆ ਹੈ, ਓਨਾ ਕੁ ਰਹਿ ਕੇ ਜਾਣ ਦਾ ਸਮਾਂ ਆ ਜਾਏ, ਉਹਨੇ ਚਲਾ ਜਾਣਾ ਹੈ, ਰੁਕਣਾ ਨਹੀਂ। ਨਾ ਅਸੀਂ ਰੋਕ ਸਕਦੇ ਹਾਂ, ਨਾ ਉਹ ਆਪੇ ਰੁਕ ਸਕਦਾ ਹੈ, ਉਹਨੇ ਚਲਾ ਜਾਣਾ ਹੈ। ਪਰ ਜਿੰਨੇ ਵੀ ਚਲਾ ਜਾਣਾ ਹੈ ਨਾ, ਉਹਨੇ ਰਸਤੇ ਵਿੱਚ ਆਪਣੇ ਸਫ਼ਰ ਦੀ ਪੈੜ ਛੱਡ ਜਾਣੀ ਹੈ। ਉਹ ਪੈੜ ਹੈ ਗੁਣਾਂ ਦੀ, ਜੇ ਤੂੰ ਉਹਦੇ ਤੱਕ ਪਹੁੰਚਣਾ ਚਾਹੇ, ਜੇ ਉਹਦੇ ਨਾਲ ਕੋਈ ਸੰਬੰਧ ਕਾਇਮ ਕਰਨਾ ਚਾਹੇ, ਉਹਦੀ ਪੈੜ ਸੰਭਾਲ ਲੈ। ਜੇ ਉਹਦੇ ਵਾਲੇ ਗੁਣ ਤੂੰ ਆਪਣੇ ਵਿੱਚ ਧਾਰਨ ਕਰ ਲੈ, ਫਿਰ ਵਿਸ਼ਵਾਸ ਕਰ, ਤੂੰ ਕਦੀ ਵੀ ਨਹੀਂ ਵਿਛੜੇਗਾ, ਉਹਨੂੰ ਸਦੀ ਵੀ ਵਿਛੋੜਾ ਨਹੀਂ ਆਖ ਸਕੇਗਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆ ਕੇ ਕਹਿਣ ਲੱਗੇ, ਮੋਹਲਤ ਪੁੰਨੀ ਚੱਲਣਾ,
चलना तू संभल घरवा तू संभल घरवा हर गुण गाओ ਚੱਲਣ ਦੇ ਉਹਨਾਂ ਦੀ ਜ਼ਿੰਦਗੀ ਦੇ ਗੁਣਾਂ ਦੇ ਪੈਡ ਸੰਭਾਲੋ ਅਤੇ ਸਾਡਾ ਵੀ ਚੱਲਣ ਹੈ ਸੰਗ ਚਲਤ ਹੈ ਹਮ ਵੀ ਚੱਲਣਾ ਅਤੇ ਆਪਣੇ ਪੈਡ ਵੀ ਉਹ ਜਿਹੇ ਖੂਬਸੂਰਤ ਬਣਾਓ ਕਿ ਸਾਡੇ ਬੱਚੇ ਅਗਾਂਹ ਸਾਡਾ ਸਾਡੀ ਪੈਡ ਸੰਭਾਲ ਲੈਣ ਸਾਡੀ ਪੈਡ ਸੰਭਾਲ ਲੈਣ ਤਾਂ ਕਿ ਇੱਕ ਦੂਜੇ ਦੀ ਪੈਡ ਸੰਭਾਲ ਕੇ ਤੁਰਨ ਨਾਲ ਇੱਕ ਕਾਫਲਾ ਬਣ ਜਾਂਦਾ ਹੈ ਫਿਰ ਇਕੱਲਾ ਨਹੀਂ ਰਹਿੰਦਾ ਸੰਸਾਰ ਅੰਦਰ ਕਾਫਲਾ ਬਣਾਈ ਰੱਖਣਾ ਉਹਨੂੰ ਮੇਲ ਕਹਿੰਦੇ ਨੇ ਕਾਫਲਾ ਬਣਾਈ ਰੱਖਣਾ ਉਹਨੂੰ ਖੂਬਸੂਰਤੀ ਕਹਿੰਦੇ ਨੇ ਜਦੋਂ ਕਾਫਲਾ ਟੁੱਟ ਜਾਂਦਾ ਹੈ ਭਾਵੇਂ ਉਹ ਪੰਜਾਂ ਤੱਤਾਂ ਦਾ ਕਾਫਲਾ ਟੁੱਟ ਜਾਏ ਸਰੀਰ ਖਤਮ ਹੋ ਜਾਂਦਾ ਹੈ ਇਸ ਲਈ ਕਾਫਲਾ ਤਾਂ ਹੀ ਬਣਦਾ ਹੈ ਮੈਂ ਕਿਸੇ ਦੇ ਪੈਡ ਨੂੰ ਸੰਭਾਲਾਂ ਕੋਈ ਮੇਰੀ ਪੈਡ ਨੂੰ ਸੰਭਾਲੇ ਇਹਨਾਂ ਸ਼ਬਦਾਂ ਨਾਲ ਖਿਮਾ ਦੇ ਜਾ ਸਿੱਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ